ਮਾਤਾ ਦੇ, ਜਿੱਥੇ ਬਹੁਤ ਸਾਰੇ ਸ਼ਰਧਾਲੂ ਜਿਹੜੇ ਆ ਉਹ ਦਰਸ਼ਨ ਕਰਨ ਵਾਸਤੇ ਆ ਰਹੇ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ। ਸੂਬੇ 'ਚ 118 ਸਕੂਲ ਆਫ ਫੈਮੀਨੈਂਸ ਦੀ ਸ਼ੁਰੂਆਤ ਕੀਤੀ, ਜਿਸ 'ਚ ਆਧੁਨਿਕ ਕਲਾਸਰੂਮ, ਲਾਇਬ੍ਰੇਰੀ, ਲੈਬੋਰਟਰੀ, ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ, ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਅਸੀਂ ਜੇ ਬੱਚਿਆਂ ਨੂੰ ਮਾਹੌਲ ਦੇਵਾਂਗੇ, ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰਨਵੇ ਦੇਵਾਂਗੇ, ਤਾਂ ਮੈਨੂੰ ਉਮੀਦ ਹੈ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੋਸ਼ਨ ਕਰਨ। ਇਨ੍ਹਾਂ ਹੀ ਨਹੀਂ, ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ। ਸਾਡੀ ਸੋਚ ਹੈ ਕਿ ਜੱਜ ਦਾ ਬੱਚਾ, ਡੀਸੀ ਦਾ ਬੱਚਾ ਤੇ ਰਿਕਸ਼ਿਆਂ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਪੜ੍ਹਨੇ ਚਾਹੀਦੇ ਹੈ, ਇੱਕੋ ਸਿਲੇਬਸ ਦੀਆਂ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਸਕੂਲਾਂ 'ਚ ਮੈਰਿਟ ਦੇ ਆਧਾਰ ਤੇ ਵਿਦਿਆਰਥੀਆਂ ਨੇ ਦਾਖਲਾ ਲਿਆ। ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ JEE, NEET, UPSC ਦੀ ਤਿਆਰੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਦਲੀ ਪੰਜਾਬ ਦੇ ਸਕੂਲਾਂ ਦੀ ਨੁਹਾਰ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲਕਦਮੀ ਖਾਸ ਕਰਕੇ ਗਰੀਬ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾਂ ਮਾਰ ਕੇ ਸੂਬੇ ਦਾ ਨਾਂ ਰੋਸ਼ਨ ਕਰਨਗੇ। ਸਭ ਤੋਂ ਨਵੇਕਲੀ ਗੱਲ ਇਹ ਆ ਕਿ ਹਰ ਤਰ੍ਹਾਂ ਦਾ ਲੰਗਰ ਜਿਹੜਾ ਲਾਇਆ ਗਿਆ, ਇੱਥੋਂ ਤੱਕ ਕਿ ਜਿਹੜੇ ਤਰ੍ਹਾਂ ਦੇ ਵਾਹਨ ਖਰਾਬ ਹੋ ਜਾਂਦੇ, ਮੋਟਰਸਾਈਕਲ ਖਰਾਬ ਹੋ ਜਾਂਦੇ, ਆਪਣੇ ਸਾਈਕਲ ਖਰਾਬ ਹੁੰਦੇ ਆ, ਉਹਨਾਂ ਵਾਸਤੇ ਬਾਹਰੀ ਲੰਗਰ ਦਾ ਪ੍ਰਬੰਧ ਕੀਤਾ ਗਿਆ। ਮੈਂ ਕੈਮਰਾ ਮੈਨ ਨੂੰ ਕਿਸੇ ਤਰ੍ਹਾਂ ਦੀ ਜੇ ਕੋਈ ਪ੍ਰੋਬਲਮ ਆ ਗਈ ਤਾਂ ਉਹਦੇ ਵਾਸਤੇ ਪ੍ਰੋਪਰ ਫ੍ਰੀ ਸਪੇਅਰ ਪਾਰਟਸ ਜਿਹੜੇ ਆ ਉਹ ਰੱਖੇ ਗਏ ਆ, ਔਰ ਨਾਲ ਹੀ ਨਾਲ ਦੱਸ ਕੀਤਾ ਜਾ ਰਿਹਾ ਤੇ ਤਿੰਨ ਸ਼ਿਫਟਾਂ ਦੇ ਵਿੱਚ ਜਿਹੜਾ ਉਹ ਲੰਗਰ ਜਿਹੜਾ ਲਾਇਆ ਜਾਂਦਾ ਉੱਥੇ ਭੱਠਾ ਦਾ ਭਾਵ ਤੇ ਆ ਰਿਹਾ ਹੈ। ਪੰਜਾਬ ਹਰਿਆਣਾ ਜੇ ਐਂਡ ਕੇ ਰੋਹਿਤ ਇਹ ਸਾਡੇ ਫਾਦਰ ਸਾਹਿਬ ਜਿਹੜੇ ਮੇਰੇ ਨਾਲ ਸੀਗੇ, ਉਹਨਾਂ ਨੇ ਜਾਣੀ ਕਿ ਇਸ ਪੇਪਰ ਨੂੰ ਨੀਂਹ ਰੱਖੀ ਇਹਦੀ, ਉਹ ਇਕੱਠੇ ਹੋ ਕੇ ਆਏ, ਉਹਨਾਂ ਨੂੰ ਕਿਸੇ ਚੀਜ਼ ਦੀ ਇੱਕ ਉਹਨਾਂ ਦਾ ਫਰੈਂਡ ਨੂੰ ਪ੍ਰੋਬਲਮ ਆਈ, ਉਹਨਾਂ ਨੇ ਜਾ ਕੇ ਉਹਨਾਂ ਨਾਲ ਗੱਲ ਕੀਤੀ ਕਿ ਵੀ ਮੈਨੂੰ ਇਸ ਚੀਜ਼ ਦੀ ਪ੍ਰੋਬਲਮ ਆਈ, ਮੈਂ ਉੱਥੇ ਇੱਕ ਕੈਂਪ ਦੀ ਸੇਵਾ ਕਰਵਾਈ ਸੀ। ਉਸ ਤੋਂ ਬਾਅਦ ਜੋ ਉਹਨਾਂ ਨੇ ਕਿਹਾ ਕਿ ਆਪਾਂ ਵੀ ਸ਼ੁਰੂ ਕਰਨਾ ਪੜਾਦਾ ਜੀ, ਉਹਨਾਂ ਨੇ ਆਸ਼ਿਆਣਿਆਂ ਨੇ ਉਹਨਾਂ ਨੇ ਟੀਮ ਬਣਾਈ, ਪ੍ਰਧਾਨ ਜੀ ਹੋ ਗਏ, ਉਹਨਾਂ ਦੇ ਫਰੈਂਡ ਹੋ ਗਏ, ਉਹਨਾਂ ਨੇ ਆ ਕੇ ਸਾਰਾ ਕੁਛ ਇੱਕ ਵਾਰੀ ਉਹ ਪੱਥਰਾਂ ਦੇ ਆਸ ਤੇ ਆ ਕੇ ਉਹਨਾਂ ਨੇ ਆਪਣਾ ਥੋੜ੍ਹਾ ਜਿਹਾ ਕਾਰ ਦੇ ਵਿੱਚ ਸਮਾਨ ਰੱਖ ਕੇ ਆਏ, ਉਹਨਾਂ ਨੇ ਸ਼ੁਰੂਆਤ ਕੀਤੀ ਅਤੇ ਉਹਨਾਂ ਨੂੰ ਵਧੀਆ ਲੱਗਿਆ। ਬਸ ਇਸ ਤੋਂ ਬਾਅਦ ਮਹਾਂਵਾਈ ਦੀ ਕਿਰਪਾ ਹੁੰਦੀ ਗਈ, ਇਸ ਵਾਰ ਅਸੀਂ 25 ਸਿਲਵਰ ਜੁਬਲੀ ਬਣਾਈ ਆ,
25 ਸਾਲ ਹੋ ਗਏ ਉਦੋਂ 8 ਜਣੇ ਦਾ ਕਾਫਲਾ ਆਇਆ ਸੀ ਤੇ ਹੁਣ ਕਾਫਲਾ ਆ ਰਿਹਾ ਜਿਹੜਾ 400 ਬੰਦੇ ਦਾ ਕਾਫਲਾ ਇਹ ਕੋਈ ਲੁਧਿਆਣੇ ਤੋਂ ਕੋਈ ਮੋਗੇ ਤੋਂ ਕੋਈ ਹਰਿਆਣੇ ਤੋਂ ਕੋਈ ਆਪਣੇ ਕੋਈ ਕਾਫੀ ਜਾਣੀ ਕਿ ਘਰ ਨੂੰ ਚੱਕਰ ਵੀ ਬੰਦੇ ਜਾਣੀ ਕਿ ਆਪਣੇ ਨਾਲ ਜਿਹੜੇ ਮਕੈਨਿਕ ਆ ਉਹ ਕਿਵੇਂ ਜੋੜਦੇ ਨੇ 8-8 ਘੰਟੇ ਦੀਆਂ ਸ਼ਿਫਟਾਂ ਜੀ ਆਪਣੀਆਂ ਬੰਦੇ ਦੀਆਂ ਸਾਡੇ ਲੰਗਰ ਦੇ ਵਿੱਚ ਆ ਤੇ ਸੇਵਿੰਗ ਗਰੁੱਪ ਆ ਸਾਈਕਲ ਗਰੁੱਪ ਆ ਸਾਰੇ ਗਰੁੱਪਾਂ ਦੇ ਵਿੱਚ ਅਸੀਂ ਬੰਦਿਆਂ ਨੂੰ ਡਿਵਾਈਡ ਕਰਕੇ ਉਹਨਾਂ ਦੇ ਗਰੁੱਪ ਬਣਾਏ ਹੋਏ ਆ 8-8 ਘੰਟੇ ਦੀਆਂ ਅਸੀਂ ਡਿਊਟੀਆਂ ਲਗਾਈਆਂ ਹੋਈਆਂ ਸਾਰਿਆਂ ਦੀਆਂ 8-8 ਘੰਟੇ ਬਾਅਦ ਆਪਣੀਆਂ ਤੋਂ ਬੰਦਿਆਂ ਦੀ ਸ਼ਿਫਟ ਚੇਂਜ ਹੋ ਜਾਂਦੀ ਹੈ ਰਾਜਕੁਮਾਰ ਹੈ ਜੀ ਮੈਂ ਜੀ ਇਸ ਕੈਂਪ ਦੇ ਨਾਲ ਚੌਥੇ ਪੰਜਵੇਂ ਕੈਂਪ ਤੋਂ ਜੁੜਿਆ ਕੈਂਪ ਦਾ 25 ਸਾਲ ਹੋ ਗਏ ਮੈਂ ਚੌਥੇ ਪੰਜਵੇਂ ਕੈਂਪ ਤੋਂ ਨਾਲ ਜੁੜਿਆ ਉਦੋਂ ਇੱਥੇ ਜਿਹੜਾ ਸੀਗਾ ਲੰਗਰ ਜਿਹੜਾ ਸੀਗਾ ਉਹ ਬਾਕੀ ਲੰਗਰਾਂ ਤੋਂ ਮੰਗ ਕੇ ਲੈ ਕੇ ਆਉਂਦੇ ਸੀਗੇ 6-7 ਕੈਂਪ ਦੇ ਵਿੱਚ ਅਸੀਂ ਲੰਗਰ ਆਪ ਦਾ ਚਾਲੂ ਕੀਤਾ ਹੈ ਜਿਹਦੇ ਨਾਲ ਸਾਰਾ ਭੋਲ ਹੋਈ ਹੈ ਪਹਿਲਾਂ ਤਾਂ ਬਾਹਰੋਂ ਲੈ ਕੇ ਆਉਂਦੇ ਸੀ ਮੰਗ ਕਿਉਂਕਿ ਹੁਣ ਇੱਕ ਟ੍ਰੈਂਡ ਆ ਕਿ ਆਪਾਂ ਵੱਖ ਵੱਖ ਦਾ ਲੰਗਰ ਲਾਉਣਾ ਵਾ ਜਾਂ ਕੋਈ ਖਾਣ ਪੀਣ ਦਾ ਲੰਗਰ ਲਾਉਣਾ ਵਾ ਤੇ ਆਹ ਜਿਹੜਾ ਸੇਵਾ ਜਿਹੜੀ ਮੋਟਰਸਾਈਕਲਾਂ ਦੀ ਕਰਦੇ ਆ ਜਾਂ ਕਨਵੈਂਸ ਦੀ ਕਰਦੇ ਆ ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਆ ਤੁਹਾਨੂੰ ਘੱਟ ਸੀ ਜਾਂ ਇਹ ਕਿਸੇ ਨਾਲ ਘਟਨਾ ਘਟੀ ਸੀ ਜੀ ਇਹ 1998 ਦੇ ਵਿੱਚ ਕੋਈ ਬੰਦਾ ਸੀਗਾ ਮਤਲਬ ਕਿ ਜਰਾਉਂਦਾ ਬੰਦਾ ਸੀਗਾ ਉਹਦੇ ਨਾਲ ਇਹਨੂੰ ਪ੍ਰੋਬਲਮ ਆਈ ਸਕੂਟਰ ਦੀ ਉਹਨੇ ਇਸ ਦੇਖਿਆ ਵੀ ਸਕੂਟਰ ਕਿਸੇ ਨੇ ਰਿਪੇਅਰ ਕੀਤਾ ਹੀ ਨਹੀਂ ਜਾਂ ਕੋਈ ਬੰਦਾ ਉਹਨੂੰ ਮਿਲਿਆ ਹੀ ਨਹੀਂ ਉਹਨਾਂ ਜਾ ਕੇ ਜਰਾਉਂ ਜਾ ਕੇ ਕਿਸੇ ਨਾਲ ਗੱਲ ਕੀਤੀ 2-3 ਬੰਦਿਆਂ ਵਿੱਚ ਗੱਲ ਹੋਈ ਉਹ 8 ਬੰਦੇ ਆਏ ਜੀ ਸਾਡੇ 8 ਬੰਦੇ ਲੈ ਕੇ ਇੱਕ ਮੂਰਤੀ ਕਾਰ ਦੇ ਵਿੱਚ ਥੋੜ੍ਹਾ ਸਮਾਨ ਲੈ ਕੇ ਆਏ ਮੇਲੇ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਉਹ ਤੋਂ ਕਾਫਲਾ ਵਾਧਾ ਵਹੀ 3.5-4 ਤੋਂ ਵਿੱਚ ਸੇਵਾਦਾਰ ਦੇਖ ਸਕਦੇ ਹੋ ਕਿ ਬੜੀ ਵੱਡੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਜੇ ਆਪਾਂ ਚਿੰਤਾ ਨੂੰ ਨਹੀਂ ਪਤਾ ਤੇ ਜਾਂਦੇ ਆ ਤੇ ਉਹ ਮਹਿੰਗਾ ਨਹੀਂ ਲੱਗਦਾ ਜਿਹੜਾ ਮੋਟਰਸਾਈਕਲ ਦਾ ਵਿਚਾਰਾ ਹੈ ਕਹਿੰਦਾ ਮੈਂ ਸੋਨੀ ਦੇ ਨਾਲ ਸਰਵਿਸ ਮਾਨ ਪਟਾੜਾ ਗੁਰਦਾਸਪੁਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।